ਅਸਲਾਮ ਅਲੈਕੁਮ ਸਾਰੇ ਵੀਰਾਂ ਦਾ ਕੀ ਹਾਲ ਹੈ? ਠੀਕ ਹੋ, ਖਰੀਅਤ ਦੇ ਨਾਲ ਹੋ ਸੋ? ਮੈਂ ਉਮੀਦ ਕਰੇ ਸਾਂ ਤੁਸਾਂ ਜਿੱਥੇ ਵੀ ਹੋ ਸੋ ਚੰਗੇ ਹੋ ਸੋ। ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ, ਜਿੱਥੇ ਵੀ ਸਾਡੀ ਦੁਆ ਹੈ ਤੁਸੀਂ ਖੁਸ਼ ਰਹੋ। ਇਸ ਟਾਈਮ US ਦੇ ਇਨਲੀਗਲ ਇਮੀਗ੍ਰੈਂਟਸ ਵਾਸਤੇ ਇੱਕ ਬੜੀ ਅਤੇ ਵਧੀਆ ਖੁਸ਼ਖਬਰੀ ਇਸ ਤੋਂ ਪਹਿਲੀ ਵੀ ਦੇ ਚੁੱਕੇ ਹਾਂ, ਲੇਕਿਨ ਕਾਫੀ ਸਾਰੇ ਦੋਸਤਾਂ ਮੈਸੇਜ ਕੀਤੇ ਕਿ ਦੁਬਾਰਾ ਵੀਡੀਓ ਮੁਕੰਮਲ ਅਪਡੇਟ ਨਾਲ ਬਣਾਈ ਵਜੇ। ਤਾਂ ਸੰਗੀਤ ਬੇਲੀਓ, ਇਹ ਹਨ ਵੀਡੀਓ ਕੋ ਤੁਸਾਂ ਜ਼ਰੂਰ ਵੇਖਣਾ ਹੈ, ਠੀਕ ਹੈ? ਤਾਂ ਅਗਰ ਤੁਸੀਂ US 'ਚੋਂ ਵੇਖਦੇ ਪਏ ਹੋ, ਇੰਡੀਆ 'ਚੋਂ ਵੇਖਦੇ ਪਏ ਹੋ, ਪਾਕਿਸਤਾਨ ਜਿੱਥੋਂ ਵੀ ਵੇਖਦੇ ਪਏ ਹੋ, ਇਹ ਸਾਰਾ ਸੰਗੀਤ ਜ਼ਰੂਰ ਸ਼ੇਅਰ ਕਰਨੀ ਹੈ। ਆਪਣਾ ਪ੍ਰੈਜ਼ੀਡੈਂਟ ਬਾਈਡਨ ਸਾਹਿਬ ਜਿਹੜੇ ਹਨ ਅਮੈਰੀਕਾ ਦੇ, ਉਹਨਾਂ ਇੱਕ ਰੀਸੈਂਟਲੀ ਵੱਡੀ ਕਈ ਅਨਾਊਂਸਮੈਂਟ ਕਰ ਦਿੱਤੀ ਨੇ, ਠੀਕ ਹੋ ਗਿਆ? ਇਸ ਤੋਂ ਪਹਿਲੇ ਅਸਾਂ ਤੁਸਾਂ ਦੱਸਿਆ ਹੈ ਮੈਕਸੀਕੋ ਦੀ ਜਿਹੜੀ ਕੰਧ ਹੈ, ਦੀਵਾਰ ਹੈ, ਉਸ ਦੇ ਬਾਰੇ ਅਸਾਂ ਤੁਹਾਨੂੰ ਦੱਸਿਆ ਹੈ ਕਿ ਉਸ ਨੂੰ ਮੁਕੰਮਲ ਨਹੀਂ ਕੀਤਾ ਵਾਇਦਾ ਪਿਆ। ਉਸਦੇ ਕਾਫੀ ਸਾਰੇ ਰੀਜ਼ਨ ਹੈ। ਟਰੰਪ ਨੇ ਵੀ ਰੋਕ ਦਿੱਤੇ ਸੀ ਥੋੜ੍ਹਾ ਜਿਹਾ ਕੰਮ ਕਰਾ ਕੇ, ਬਈ ਪੈਸੇ ਜ਼ਾਇਆ ਹੋਣੇ। ਹੁਣ ਬਾਈਡਨ ਹੀ ਇਹ ਕੰਮ ਕੀਤਾ ਹੈ ਕਿ ਬਈ ਇਸ 'ਤੇ ਪੈਸਾ ਇੰਨੇ ਜ਼ਾਇਆ ਕਰਨਾ, ਖਜ਼ਾਨਾ ਤਾਂ ਖਾਲੀ ਹੋਵੇ ਸੀ ਅਗਰ ਅਸਾਂ ਇਸ 'ਤੇ ਕੰਮ ਕਰੇ ਨੇ ਤਾਂ, ਠੀਕ ਹੈ? ਉਸ ਤੋਂ ਬਾਅਦ ਜਿਉਂ ਜਿਉਂ ਬਾਈਡਨ ਆਇਆ ਤਾਂ ਤਕਰੀਬਨ 11 ਮਿਲੀਅਨ ਇਨਲੀਗਲ ਇਮੀਗ੍ਰੈਂਟਸ ਵਾਸਤੇ ਉਸ ਚੰਗੀਆਂ ਚੰਗੀਆਂ ਅਨਾਊਂਸਮੈਂਟਾਂ ਕੀਤੀਆਂ, ਠੀਕ ਹੈ? ਉਸ ਤੋਂ ਬਾਅਦ ਕੁਝ ਅਨਾਊਂਸਮੈਂਟਾਂ ਰੋਕ ਦਿੱਤੀਆਂ, ਕੁਝ ਨਹੀਂ। ਹਾਣ ਇਸ ਟਾਈਮ ਜਿਹੜੇ ਡੰਕਰ ਹਜ਼ਰਾਤ, ਡੰਕੀ ਮਾਰਨ ਵਾਲੇ ਲੋਕ ਹਨ, ਠੀਕ ਹੈ, ਜਿਹੜੇ US 'ਚ ਹੈ, ਡੰਕੀ ਮਾਰ ਕੇ ਆ ਵੈਂਦੇ ਨੇ, ਉਹਨਾਂ ਕਾਫੀ ਸਾਰਾ ਤਜਰਬਾ ਹੀ ਹੈ। ਇਸ ਤੋਂ ਇਲਾਵਾ ਜਿਹੜੇ ਨਵੇਂ ਆਉਣ ਵਾਲੇ ਹਜ਼ਰਾਤ ਹਨ, ਤਾਂ ਮੈਕਸੂ ਦੀ ਕੰਧ ਦੇ ਬਾਰੇ ਤੁਸਾਂ ਦੱਸਾਂ ਤਾਂ ਬਿਲਕੁਲ ਕੰਮ ਰੋਕ ਦਿੱਤਾ ਗਿਆ, ਅਤੇ ਇਸ ਵਾਸਤੇ ਇਸ ਟਾਈਮ ਤੁਸੀਂ ਡੰਕੀ ਲਾ ਸਕਦੇ ਹੋ, ਠੀਕ ਹੋ ਗਿਆ? ਇਹ ਮੁਕੰਮਲ US ਦੇ ਵਿੱਚੋਂ ਅਸਾਂ ਅਪਡੇਟ ਗੀਂਦੇ ਪਏ ਹਾਂ, ਠੀਕ। ਉੱਥੋਂ ਸਭ ਕੋ ਅਪਡੇਟ ਮਿਲਦੀ ਹੈ ਅਤੇ ਅਸਾਂ ਸ਼ੇਅਰ ਕਰਦੇ ਹਾਂ। ਅਸਾਂ ਅਵੇਲੀ ਵੀ ਆਖਿਆ ਕਿ ਤੁਸਾਂ ਕਿਸੇ ਕਿਸਮ ਦੀ ਮਦਦ ਦੀ ਜ਼ਰੂਰਤ ਹੈ ਤਾਂ ਅਸਾਂ ਕਰਨਾ ਚਾਹੁੰਦੇ ਹਾਂ। ਸਾਡੀ ਵੈਬਸਾਈਟ ਹੈ mahmoodiatravel.com, ਅਸਾਂ ਵਿਜ਼ਿਟ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਹੈ। ਸਾਡੇ ਨਾਲ ਗੱਲ ਕਰਨ ਵਾਸਤੇ ਕਮੈਂਟ ਕਰ ਸਕਦੇ ਹੋ ਕਿ ਬਾਈ ਅਸਾਂ ਇਸ ਚੀਜ਼ ਦੀ ਜ਼ਰੂਰਤ ਹੈ, ਤੁਸਾਂ ਇਸ ਚੀਜ਼ ਦੀ ਵੀਡੀਓ ਬਣਾ ਦਿਓ, ਅਸਾਂ ਤੁਹਾਡੀ ਪੂਰੀ ਰਹਿਨੁਮਾਈ ਕਰਾਂ। ਅਤੇ ਜਿਹੜੇ ਇਸ ਟਾਈਮ ਇਲੀਗਲ ਇਮੀਗ੍ਰੈਂਟਸ ਮੌਜੂਦ ਨੇ ਆਪਣਾ USA ਦੇ ਵਿੱਚ, ਉਹਨਾਂ ਵਾਸਤੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਾਈਡਨ ਨੇ ਆਖਿਆ ਕਿ ਮੈਂ ਕੁਝ ਅੱਛੀਆਂ ਅਨਾਊਂਸਮੈਂਟਾਂ ਕਰਨਾ ਮੈਨਾਂ ਪਿਆ। ਤਾਂ ਉਹਨਾਂ ਅੱਛੀਆਂ ਅਨਾਊਂਸਮੈਂਟਾਂ ਕਿਹੜੀਆਂ ਹਨ, ਉਹ ਤਾਂ ਆਉਣ ਵਾਲਾ ਟਾਈਮ ਹੀ ਦੱਸੇ ਸੀ, ਲੇਕਿਨ ਫਿਲਹਾਲ ਜਿਹੜੀ ਬਾਈਡਨ ਆਖਿਆ ਕਿ ਦੀਵਾਰ ਨੂੰ ਮੁਕੰਮਲ ਰੋਕ ਦਿੱਤਾ ਵਜੇ, ਠੀਕ ਹੈ, ਇਸ 'ਤੇ ਕੋਈ ਕੰਮ ਨਾ ਕੀਤਾ ਵਜੇ, ਬਿਲਕੁਲ ਇਸ ਕੋਲ ਸਟਾਪ ਕੀਤਾ ਵਜੇ। ਅਤੇ ਇੱਕ ਮੂੰਹ ਵੱਡੀ ਜਿਹੀ ਗੱਲ ਹੈ, ਮੂੰਹ ਚੰਗੀ ਜਿਹੀ ਗੱਲ ਹੈ ਕਿ ਮੈਕਸੀਕੋ ਵਾਲੀ ਦੀਵਾਰ ਅਗਰ ਰੁਕ ਪੈਂਦੀ ਹੈ ਤਾਂ ਕਾਫੀ ਸਾਰੇ ਲੋਕ ਜਿਹੜੇ ਇੰਟਰ, ਉਸ ਤੋਂ ਬਾਅਦ ਅਸਾਇਲਮ ਦਾ ਕੇਸ ਦੀ ਜਿਹੜੀ ਤਾਦਾਦ ਹੈ ਉਹ ਵੀ ਵਧਾ ਦਿੱਤੀ ਗਈ ਹੈ। ਕੱਲ੍ਹ ਦੀ ਵੀਡੀਓ 'ਚ ਅਸਾਂ ਦੱਸਾਂ ਤਾਂ ਮਜ਼ੀਦ ਦੱਸ ਦੇਣਾ, 65 ਤੋਂ 70 ਹਜ਼ਾਰ ਦੇ ਵਿੱਚ ਤੁਸੀਂ ਜਿਹੜੀ ਤਾਦਾਦ ਹੈ। ਇਸ ਤੋਂ ਪਹਿਲੇ ਜਿਹੜਾ ਟਰੰਪ ਸੀ ਉਸਨੇ ਤਕਰੀਬਨ 15 ਹਜ਼ਾਰ ਦਿੱਤੀ ਹੈ, ਲੇਕਿਨ 15 ਹਜ਼ਾਰ ਅਤੇ 65-70 ਹਜ਼ਾਰ ਕੋਈ ਤਾਦਾਦ ਤਾਂ ਨਹੀਂ ਹੈ, ਲੇਕਿਨ ਇੱਕ ਇਹ ਲਿਮਿਟ ਇਹ ਹੈ, ਠੀਕ ਹੈ ਸੰਗਿਓ? ਅਤੇ ਅਸਾਂ ਤਾਂ ਇਹ ਆਖਦੇ ਹਾਂ ਕਿ 65-70 ਹਜ਼ਾਰ ਨਹੀਂ ਬਲਕਿ ਤਕਰੀਬਨ ਜਿਹੜਾ 11 ਮਿਲੀਅਨ ਲੋਕ ਹਨ, ਤਾਂ ਕਮ ਅਜ਼ ਕਮ 5-6 ਲੱਖ ਤਾਂ ਜਾਂ 7 ਲੱਖ ਤਾਂ ਇਹਨਾਂ ਜਿਹੜੀ ਅਨਾਊਂਸਮੈਂਟ ਕਰਨੀ ਚਾਹੀਦੀ, ਲੇਕਿਨ ਇਹ ਵੀ ਬੜੀ ਗੱਲ ਹੈ ਜਿਹੜੀ ਇਹ ਕਰਦੇ ਹਨ। ਲੇਕਿਨ ਇਸ ਦੇ ਵਿੱਚ 11 ਮਿਲੀਅਨ ਵਿੱਚ ਵੇਖੋ ਨਾ ਕਿਤਨੇ ਲੋਕ ਅਪਲਾਈ ਕਰੇ ਸਨ, ਕਾਫੀ ਲੋਕ ਅਪਲਾਈ ਕਰੇ ਸਨ, ਅਤੇ ਮੁੜ ਕੇ USA ਦੀ ਹੋਮ ਆਫਿਸ ਦੇ ਵਿੱਚ ਪੈਂਡਿੰਗ 'ਚ ਕੇਸ ਲਗਾ ਪੈਂਦੇ, ਠੀਕ ਹੋ ਗਿਆ? ਬਾਹਰ ਇਸ 'ਤੇ ਵੀ ਅਸਾਂ ਇੱਕ ਸਕਰੀਨ ਰਿਕਾਰਡਿੰਗ ਕਰ ਸਕਾਂ ਕਿ ਅਸਾਇਲਮ ਦਾ ਕੇਸ ਕਿੰਨੀ ਅਪਲਾਈ ਕੀਤਾ ਹੋਇਆ ਨੇ, ਇਸ 'ਤੇ ਮੁਕੰਮਲ ਤਫਸੀਲਾਤ ਇਨਸ਼ਾਅੱਲਾ ਇਸ ਚੈਨਲ 'ਤੇ ਤੁਸਾਂ ਮਿਲ ਸਕਣ, ਲੇਕਿਨ ਉਹ ਕਿੰਨੀ ਮਿਲ ਸਕਣ ਕਿ ਸਬਸਕ੍ਰਾਈਬ ਕਰੇ ਸੋ ਚੈਨਲ ਕੋ, ਸਭ ਸ਼ੇਅਰ ਕਰੇ ਸੋ ਸਾਰੇ ਸੰਗੀਏ ਦੇ, ਬੈਲ ਨੇ ਆਇਕਨ ਕੋ ਆਰ ਦੇ ਸਿਲੈਕਟ ਕਰਿਆ ਸੀ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਨਾ ਮਿਸਦੀ ਵੇ। ਅਸਾਇਲਮ ਦਾ ਕੇਸ ਕਿੰਨੀ ਅਪਲਾਈ ਥੀ ਨਾ, ਇਸ ਨੀ ਮੁਕੰਮਲ ਅਸੀਂ ਜਾਣਨਾ, ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ, ਸਟੈਪ ਬਾਈ ਸਟੈਪ ਦੱਸਾਂ ਕਿ ਅਸਾਇਲਮ ਦਾ ਕੇਸ ਕਿੰਨੀ ਅਪਲਾਈ ਕੀਤਾ ਮੈਨੇ, ਲੇਕਿਨ ਇਹ ਆਉਣ ਵਾਲੇ ਵਕਤਾਂ 'ਚ ਅਸੀਂ ਤੁਸਾਂ ਸਟੈਪ ਬਾਈ ਸਟੈਪ ਗਾਈਡ ਕਰੇ ਨੇ ਰਹਾਂ। ਫਿਲਹਾਲ ਜਿਹੜੀ ਅਪਡੇਟ ਦੇਣੀ ਹੈ ਜੋ ਬਾਈਡਨ ਦਿੱਤੀ ਹੈ, ਉਹ ਅਸਾਂ ਕਾ ਤੁਹਾਡੇ ਨਾਲ ਸ਼ੇਅਰ ਕਰਾਂ, ਕਿਉਂਕਿ ਸਾਰੇ ਭਾਈ ਕਾਫੀ ਇੰਗਲਿਸ਼ ਨਹੀਂ ਸਮਝ ਸਕਦੇ ਤਾਂ ਪੰਜਾਬੀ ਸਮਝੇ, ਤਾਂ ਅਸਾਂ ਆਸਾਨ ਪੰਜਾਬੀ ਤੁਹਾਡੇ ਵੀਡੀਓ ਬਣਾ ਰਹੇ ਹਾਂ। ਤਾਂ ਬਾਈ ਇਸ ਟਾਈਮ ਦੀਵਾਰ ਕੋ ਮੁਕੰਮਲ ਰੋਕ ਦਿੱਤਾ ਗਿਆ, ਤਾਂ ਬੜੀ ਚੰਗੀ ਜਿਹੀ ਨਿਊਜ਼ ਹੈ। ਮਜ਼ੀਦ ਵੀਡੀਓਜ਼ ਕਾਰ ਤੁਸੀਂ ਲਾਈਕ ਵੀ ਕਰੇ ਸੋ, ਉਮੀਦ ਦਿਖ ਰੱਖੇ ਨਾ, ਸਬਸਕ੍ਰਾਈਬ ਵੀ ਕਰੇ ਸੋ, ਅਤੇ ਵੀਡੀਓ ਸ਼ੇਅਰ ਵੀ ਕਰੇ ਸੋ। ਤਬ ਤੱਕ ਇਤਨਾ ਹੀ, ਦੁਆਵਾਂ ਯਾਦ ਰੱਖੇ ਸੋ। ਅੱਲਾਹ ਹਾਫਿਜ਼।